ਸੀ ਸਿੱਧੂ ਕੋਲ ਪਾਵਰ ਸੀ ਵਿਲ ਪਾਵਰ ਸੀ ਉਹਦੇ ਵੀ ਖਾਸੀਅਤ ਪਤਾ ਕੀ ਸੀ ਉਹ ਮਿੱਟੀ ਨੂੰ ਵੀ ਸੋਹਣਾ ਬਣਾ ਦਿੰਦਾ ਸੀਗਾ ਜਿਹੜੇ ਮਿੱਟੀ ਨੂੰ ਹੱਥ ਲਾ ਕੇ ਉਹਨੇ ਕਿੰਨੇ ਇਲਾਕੇ ਦੇ ਕਿੰਨੇ ਕਲਾਕਾਰ ਨੇ ਜਿਹਨਾਂ ਦਾ ਕੋਈ ਜਾਣਦਾ ਨਹੀਂ ਸੀਗਾ ਉਹਦੇ ਨਾਲ ਬਸ ਦੋ ਬੋਲੇ ਬੋਲਦਾ ਸੀ ਉਹਨੂੰ ਹਿੱਟ ਕਰਾ ਦਿੰਦਾ ਸੀ ਤੇ ਮੈਂ ਤਾਂ ਕਹੂੰਗਾ ਵੀ ਬਾਬਾ ਹੀ ਸੀ ਉਹ ਕਰਨੀ ਵਾਲਾ ਦੇਖੋ ਮਾਂ ਨੂੰ ਪੁੱਛ ਕੇ ਦੇਖੋ ਅੱਜ ਮੈਂ ਉਹਨਾਂ ਦੇ ਅੱਖਾਂ ਸਾਹਮਣੇ ਗਿਆ ਮੈਨੂੰ ਦੇਖ ਕੇ ਬੀਪੀ ਲੋਅ ਹੋ ਗਿਆ ਉਹਨਾਂ ਦੇ ਫਾਦਰ ਸਾਹਿਬ ਬੋਲਣ ਜਾ ਰਹੇ ਸੀ ਕੰਮ ਰਹੇ ਸੀ ਲੈਣਾ ਦਾ ਤੋਂ ਮੈਂ ਮਜ਼ਦੂਰ ਢਾਈ ਮਹੀਨੇ ਹੋ ਗਏ ਬਾਈ ਨੂੰ ਮੈਂ ਕਦੇ ਮੈਨੂੰ ਪਤਾ ਸੀਗਾ ਜਿੱਦਾਂ ਅੱਖਾਂ ਸਾਹਮਣੇ ਜਾਊਂਗਾ ਉਹ ਰੋਣਗੇ ਮੈਂ ਤਾਂ ਹੀ ਨਹੀਂ ਹੁੰਦਾ ਸੀ ਸਾਰਾ ਪਿੰਡ ਰੋਂਦਾ ਉਹਦੇ ਆਂਢੀ ਗੁਆਂਢੀ ਹੈ ਮੇਰੇ ਕੋਲ ਆ ਕੇ ਮੈਂ ਛੋਟੀ ਜਿਹੀ ਬੱਚੀ ਆਈ ਇਹ ਸਿੱਧੂ ਵੀਰਾ ਆ ਗਿਆ ਸਿੱਧੂ ਵੀਰਾ ਆ ਗਿਆ ਹੈ ਪਹਿਲਾਂ ਤਾਂ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਨੂੰ ਜਿੰਨੇ ਮੇਰੇ ਭੈਣ ਭਰਾ ਜਿਵੇਂ ਮੇਰੇ ਭੈਣਾਂ ਆਈਆਂ ਨੇ ਆ ਰੱਖੜੀਆਂ ਬੰਨੀਆਂ ਮੇਰੇ ਭੈਣਾਂ ਨੇ ਉਰੇ ਹੈ ਦੇਖੋ ਪਿਆਰ ਹੁੰਦਾ ਇੱਕ ਆਪਾਂ ਦੁਨੀਆਂ ਤੋਂ ਕੁਛ ਨਹੀਂ ਲੈ ਜਾਣਾ ਇੱਕ ਸਮਾਜ ਦੇ ਵਿੱਚ ਆਪਾਂ ਰਹਿੰਦੇ ਹਾਂ ਮੈਂ ਕੋਈ ਇਹਨਾਂ ਨੂੰ ਮੈਂ ਤਾਂ ਅੱਜ ਪਹਿਲੀ ਵਾਰ ਆਇਆ ਮੈਂ ਤਾਂ ਦੇਖੋ ਰੱਖੜੀਆਂ ਅੱਜ ਭੈਣਾਂ ਨੇ ਕਿੰਨੀਆਂ ਬੰਨੀਆਂ ਇਹ ਸਿੱਧੂ ਖੁਸ਼ ਨਸੀਬ ਸੀਗਾ ਸਿੱਧੂ ਕੋਲ ਪਾਵਰ ਸੀ ਬਿਲ ਪਾਵਰ ਸੀ ਉਹਦੇ ਵਿੱਚ ਖਾਸੀਅਤ ਪਤਾ ਕੀ ਸੀ ਉਹ ਮਿੱਟੀ ਨੂੰ ਵੀ ਸੋਹਣਾ ਬਣਾ ਦਿੰਦਾ ਸੀਗਾ ਜਿਹੜੇ ਮਿੱਟੀ ਨੂੰ ਹੱਥ ਲਾ ਕੇ ਉਹਨੇ ਕਿੰਨੇ ਇਲਾਕੇ ਦੇ ਕਿੰਨੇ ਕਲਾਕਾਰ ਨੇ ਜਿਹਨਾਂ ਦਾ ਕੋਈ ਜਾਣਦਾ ਨਹੀਂ ਸੀਗਾ ਉਹਦੇ ਨਾਲ ਬਸ ਦੋ ਬੋਲੇ ਬੋਲਦਾ ਸੀ ਉਹਨੂੰ ਹਿੱਟ ਕਰਾ ਦਿੰਦਾ ਸੀ ਤੇ ਮੈਂ ਤਾਂ ਕਹੂੰਗਾ ਕੋਈ ਬਾਬਾ ਹੀ ਸੀ ਉਹ ਕਰਨੀ ਵਾਲਾ ਕੀ ਗੱਲਾਂ ਹੁੰਦੀਆਂ ਸੀਗੀਆਂ ਤੁਸੀਂ ਪਹਿਲਾਂ ਤੋਂ ਜਾਣਦੇ ਸੀ ਮੇਰਾ ਉਹਦੇ ਨਾਲ ਦਿਨੋਂ ਪਿਆਰ ਸੀ ਬਾਈ ਜੀ ਦਿਨੋਂ ਢਿੱਡੋਂ ਪਿਆਰ ਸੀ ਇਹਦੇ ਨਾਲ ਮੇਰੇ ਕੋਲ ਘਰੇ ਆ ਜਾਣਾ ਉਹਨੇ ਬੈਠਾ ਰਹਿਣਾ ਦੋ ਦੋ ਘੰਟੇ ਬੈਠਾ ਰਹਿੰਦਾ ਸੀ ਮੇਰੇ ਕੋਲ ਸ਼ਾਇਦ ਉਹਦੇ ਸਿਕਿਉਰਿਟੀ ਵਾਲ ਨੂੰ ਪਤਾ ਹੋਵੇ ਕਿੰਨਾ ਪਿਆਰ ਸੀ ਉਹਦੇ ਨਾਲ ਹਨਾ ਅੱਜ ਇੱਥੇ ਆ ਕੇ ਮੈਨੂੰ ਇਹ ਮਹਿਸੂਸ ਹੋ ਗਿਆ ਇੱਕ ਵੀ ਬੰਦੇ ਦਾ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਜਿਹੜਾ ਇੱਕ ਦੁਨੀਆ ਤੋਂ ਚਲਿਆ ਗਿਆ ਇਨਸਾਨ ਉਹਦਾ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਦੁਨੀਆਂ ਦੇ ਪੈਸੇ ਨਾਲ ਤੁਸੀਂ ਸਾਰਾ ਕੁਝ ਖਰੀਦ ਲਓਗੇ ਪੈਸੇ ਨਾਲ ਤੁਸੀਂ ਇੱਕ ਸਭ ਕੁਝ ਖਰੀਦ ਲਓਗੇ ਇੱਕ ਉਹਦੇ ਬਾਪ ਨੂੰ ਪੁੱਛ ਕੇ ਦੇਖੋ ਮਾਂ ਨੂੰ ਪੁੱਛ ਕੇ ਦੇਖੋ ਅੱਜ ਮੈਂ ਉਹਨਾਂ ਦੇ ਅੱਖਾਂ ਸਾਹਮਣੇ ਗਿਆ ਮੈਨੂੰ ਦੇਖ ਕੇ ਬੀਪੀ ਲੋਅ ਹੋ ਗਿਆ ਉਹਨਾਂ ਦੇ ਫਾਦਰ ਸਾਹਿਬ ਬੋਲਣ ਜਾ ਰਹੇ ਸੀ ਕੰਮ ਰਹੇ ਸੀ ਸਿੱਧੂ ਨਾਲ ਤੁਹਾਡੀ ਫਸਟ ਮੁਲਾਕਾਤ ਜਾਣ ਪਹਿਚਾਣ ਕਿਵੇਂ ਹੋਈ ਮੇਰੀ ਜਾਣ ਪਛਾਣ ਤਾਂ ਉਮਰਾਂ ਨੰਗਲ ਸਾਹਿਬ ਨੇ ਕਰਾਈ ਸੀ ਪਰਮਰਾਜ ਸਿੰਘ ਉਮਰਾਂ ਨੰਗਲ ਆਈ ਜੀ ਨੇ ਆਈ ਜੀ ਲੁਧਿਆਣਾ ਰੇਂਜ ਹੁੰਦੇ ਸੀ ਉਦੋਂ ਉਹਨਾਂ ਨੇ ਕਰਵਾਏ ਉਹਨਾਂ ਨਾਲ ਮੇਰੀ ਬਹੁਤ ਨੇੜਤਾ ਉਹਨਾਂ ਦੇ ਬੇਟੇ ਨਾਲ ਵੀ ਬਹੁਤ ਨੇੜਤਾ ਪਿਆਰ ਆ ਮੇਰਾ ਉਹਨਾਂ ਦਾ ਉਸ ਪਰਿਵਾਰ ਨਾਲ ਸਾਰੇ ਨਾਲ ਆਈ ਜੀ ਸਾਹਿਬ ਦੀ ਮਦਰ ਨਾਲ ਵੀ ਮੇਰੇ ਬਹੁਤ ਪਿਆਰ ਆ ਬਹੁਤ ਜ਼ਿਆਦਾ ਦਿਲੋਂ ਪਿਆਰ ਆ ਮੇਰਾ ਤੇ ਉਹ ਸੋ ਇਹ ਗੱਲਾਂ ਹੋ ਜਾਂਦੀਆਂ ਸਰਕਮਸਟਾਂਸ ਹੋ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਤੇ ਮੈਂ ਦਿਲੋਂ ਕਦੇ ਨਹੀਂ ਚਾਹਿਆ ਵੀ ਕਿਸੇ ਦਾ ਉੱਥ ਜਾਵੇ ਦੁਨੀਆ ਤੋਂ ਹਨਾ ਸੋ ਜਿੰਨੇ ਵੀ ਮੇਰੇ ਆਵਾਜ਼ ਸੁਣਦੇ ਨੇ ਮੇਰੇ ਸੱਜਣ ਪਿਆਰੇ ਜਿੰਨੇ ਵੀ ਉਹਨੂੰ ਪਿਆਰ ਕਰਨ ਵਾਲੇ ਨੇ ਤਿੰਨ ਚਾਰ ਮੇਰੀਆਂ ਬੇਨਤੀਆਂ ਪ੍ਰਵਾਨ ਕਰ ਲਓ ਅੱਜ ਬੇਨਤੀ ਕਰਕੇ ਚੱਲੇ ਹਾਂ ਵੀ ਕਿਸੇ ਦੇ ਮਾਂ ਬਾਪ ਦਾ ਖਿਆਲ ਰੱਖਿਆ ਕਰੋ ਜੇ ਕੋਈ ਉਪਰਾ ਬੰਦਾ ਮਿਲਦਾ ਉਹ ਤੇ ਨਿਗਾਹ ਰੱਖਿਆ ਕਰੋ ਇੱਥੇ ਗਲਤ ਬੰਦੇ ਹਲ ਵੀ ਘੁੰਮਦੇ ਆ ਮੈਂ ਅੱਜ ਦੇਖ ਲਿਆ ਸਾਰਾ ਸਿਸਟਮ ਇੱਕ ਤਾਂ ਫੇਮ ਲੈਣ ਵਾਲੇ ਬੜੇ ਆਉਂਦੇ ਯਾਰ ਠੀਕ ਆ ਨਾ ਜੇ ਮੈਂ ਫੇਮ ਲੈਣਾ ਦਾ ਤੋਂ ਮੈਂ ਮਜ਼ਦੂਰ ਢਾਈ ਮਹੀਨੇ ਹੋ ਗਏ ਬਾਈ ਨੂੰ ਮੈਂ ਕਦੇ ਮੈਨੂੰ ਪਤਾ ਸੀਗਾ ਜਿੱਦਾਂ ਅੱਖਾਂ ਸਾਹਮਣੇ ਜਾਊਂਗਾ ਉਹ ਰੋਣਗੇ ਮੈਂ ਤਾਂ ਹੀ ਨਹੀਂ ਆਉਂਦਾ ਸੀਗਾ ਸਾਰਾ ਪਿੰਡ ਰੋਂਦਾ ਉਹਦੇ ਆਂਢੀ ਗੁਆਂਢੀ ਹੈ ਮੇਰੇ ਕੋਲ ਆ ਕੇ ਮੈਂ ਇੱਕ ਛੋਟੀ ਜਿਹੀ ਬੱਚੀ ਆਈ ਇਹ ਸਿੱਧੂ ਵੀਰਾ ਆ ਗਿਆ ਸਿੱਧੂ ਵੀਰਾ ਆ ਗਿਆ ਹੈ ਇੱਕ ਇਨਸਾਨੀਅਤ ਮਨ ਚ ਜੋੜਿਆ ਜਾਂਦਾ ਬਾਈ ਜੀ ਸਾਰੀ ਸੱਟ ਵੱਜਦੀ ਹੈ ਦਿਲ ਚ ਅੰਦਰ ਜਿਹੜਾ ਬੰਦੇ ਦੇ ਦਿਲ ਚ ਭੋਰਾ ਵੀ ਇਨਸਾਨੀਅਤ ਹੈ ਨਾ ਫਿਰ ਉਹਨੂੰ ਪਤਾ ਹੁੰਦਾ ਵੀ ਕੀ ਭਾਵ ਬੀਤਦੀ ਹੈ ਹੋ ਜੀ ਅੱਜ ਪਰਿਵਾਰ ਵੱਲੋਂ ਵੀ ਪਿਤਾ ਵੱਲੋਂ ਵੀ ਇੱਕ ਅਪੀਲ ਕੀਤੀ ਗਈ ਸੀ ਵੀ ਛੇਤੀ ਉਹਨਾਂ ਦੇ ਨਾਂ ਜਨਤਕ ਕਰਾਂਗੇ ਕਿੰਨਾ ਕਿੰਨਾ ਦੀਆਂ ਸਾਥਾਂ ਰਹੀਆਂ ਆ ਜਿਹੜੇ ਕਲਾਕਾਰ ਨੇ ਨਾ ਦੋ ਤਿੰਨ ਕਲਾਕਾਰ ਨੇ ਉਰੇ ਤੇ ਜਿਹੜੇ ਜਿੱਦਣ ਸਿੱਧੂ ਦੀ ਡੈਥ ਹੋਈ ਉਦੋਂ ਦੋ ਦਿਨ ਪਹਿਲਾਂ ਵੀ ਗਾਣਾ ਆਇਆ ਗੈਂਗਸਟਾ 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 ਇਹ ਵੀ ਗਲਤ ਗੱਲਾਂ ਨੇ ਤੁਹਾਡਾ ਇੱਕ ਪਾਸੇ ਤੁਸੀਂ ਭਰਾ ਕਹਿੰਦੇ ਦੂਜੇ ਪਾਸੇ ਤੁਸੀਂ ਆਹ ਗੱਲਾਂ ਕਰਦੇ ਹੋ ਤਿੰਨ ਚਾਰ ਬੰਦੇ ਦੇ ਨਾਂ ਨੇ ਉਹ ਚਲੋ ਮੈਂ ਤਾਂ ਕੱਲ੍ਹ ਦੱਸਣੇ ਨੇ ਦੱਸਾਂਗੇ ਭੂਲਾ ਅੰਕਲ ਦੱਸਾਂਗੇ ਤੁਹਾਨੂੰ ਤੇ ਗਲਤ ਗੱਲਾਂ ਨਹੀਂ ਨਾ ਕਰਿਆ ਕਰੋ ਯਾਰ ਜੇ ਕੋਈ ਜੇ ਤੁਹਾਨੂੰ ਕੋਈ ਬੰਦਾ ਤਰੱਕੀ ਕਰ ਰਿਹਾ ਨਾ ਉਹਦੇ ਜੜਾਂ 'ਚ ਕੰਡੇ ਨਾ ਬੀਜਿਆ ਕਰੋ ਉਹ ਆਪਣੀ ਮਿਹਨਤ ਕਰਕੇ ਰੋਟੀ ਖਾ ਰਿਹਾ ਤੁਹਾਨੂੰ ਤਾਂ ਕੀ ਲੈਣਾ ਤੁਸੀਂ ਕਰ ਲਓ ਤੁਹਾਡਾ ਢਿੱਡ ਦੁਖਦਾ ਤੁਸੀਂ ਕਰ ਲਓ ਖਾ ਲਓ ਯਾਰ ਆਪਣੇ ਪਰਮਾਤਮਾ ਨੇ ਹੱਥ ਲਾਏ ਨੇ ਆਪਣਾ ਆਪ ਕਰ ਸਕਦੇ ਹਾਂ ਇੰਨੀ ਸਾਡੇ ਕੈਪੇਬਿਲਿਟੀ ਪਰਮਾਤਮਾ ਨੇ ਪਾ ਕੇ ਭੇਜੀ ਆ ਹਰੇਕ ਬੰਦਾ ਆਪਣੀ ਕਿਸਮਤ ਲਿਖਾ ਕੇ ਆਉਂਦਾ ਸਮਾਗਮ ਤੇ ਅਨਾਉਂਸਮੈਂਟ ਕੀਤੀ ਕੀ ਅਨਾਉਂਸਮੈਂਟ ਅਨਾਉਂਸਮੈਂਟ ਇਹ ਸੀਗੀ ਮੈਨੂੰ ਦੱਸਿਆ ਜੀ ਘਰੋਂ ਬੇਨਤੀ ਹੋਈ ਸੀ ਵੀ ਇੱਥੇ
ਵੀ ਜਾ ਕੇ ਤੁਸੀਂ ਇੱਕ ਗੱਲ ਕਹਿ ਦਿਓ ਵੀ ਜੁੱਤੀਆਂ ਲੈ ਕੇ ਨਾ ਚੜਿਆ ਕਰੋ ਬਸ ਇੱਕ ਆ ਨਿੱਕੀ ਜਿਹੀ ਬੇਨਤੀ ਉਹਨਾਂ ਦੇ ਹੱਥ ਮੰਨ ਕੇ ਜੁੱਤੀਆਂ ਲੈ ਕੇ ਨਾ ਚੜਿਆ ਕਰੋ ਤੇ ਬਾਈ ਦੀ ਜਿਹੜੀ ਸਟੈਚੂ ਆ ਬਾਈ ਦਾ ਨਾ ਉਹਦੇ ਉੱਤੇ ਜੱਫੀਆਂ ਪਾਉਣੀਆਂ ਜਾਂ ਸਕਰੈਚ ਪੈ ਜਾਂਦੇ ਆ ਤੇ ਉਹਨੂੰ ਕੋਈ ਧੱਕਾ ਧੁੱਕਾ ਨਾ ਮਾਰਿਆ ਕਰੋ ਹਨਾ काले जादू का खात्मा बीमारी दवा का ना लगना वशीकरण करवाओ जिस नु चाहो उस नु अपने वश विच करो लॉटरी नंबर पाओ भावे 649 हो लोटो मैक्स धोखेबाज प्रेमी प्रेमिका सौतन दुश्मन नु अपनी अखा सामने देखो आज ही फोन करो ते समाधान पाओ सलीम खान मोबाइल नंबर 9521727350।